Yeah.
ਜਲ ਥਲ ਚਾਹੁੰਦੇ ਸੀ ਬਰਸਦਾ ਜਲ ਥਲ ਚਾਹੁੰਦੇ ਸੀ ਬਰਸਦਾ ਜਲ ਬਰ
ਤਰਸ ਦੇ ਦਿਖ ਮਰੇ ਭਾਗ ਤਿਨਾ ਕੇ ਨਾ ਭਾਗ ਤਿਨਾ ਕੇ ਪੁਰਖ ਨਾ ਜਾਣੀ
ਸਭ ਕਿਛ ਘਰ ਮੈਂ ਹਰ ਹੁੰਦੇ ਰਤਨ ਪਦਾਰਥ ਭੁੱਖੇ ਕੜਛੀਆਂ ਫਿਰਨ ਕੜਛੀਆਂ ਫਿਰਨ ਸੁਹਾਵਣਾ ਚਾਨਣ ਸੁਣੀਆਂ ਸੁਹਾਵਣਾ ਚਾਨਣ ਸੁਣੀਆਂ ਕੜਛੀਆਂ ਫਿਰਨ ਕਬੀਰ ਚੰਦਨ ਕਬੀਰ ਵਾ ਭਲਾ ਕਬੀਰ ਚੰਦਨ ਕਾ ਬਿਰਵਾ ਭਲਾ ਬੇੜੇ ਉਡਾਕ ਪਰਾ ਆ ਭੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਕਬੀਰ ਬਾਸ ਬਣਾਈ ਚੰਦਨ ਕੇ ਨਿਕਟੇ ਬਸੇ ਘਰ ਹੁੰਦੇ ਰਤਨ ਪਦਾਰਥ ਭੁੱਖੇ ਚੰਦਨ ਕੇ ਨਿਕਟੇ ਬਸੇ ਸੁਗੰਧ ਨਾ ਹੋਏ ਨਿਕਟੇ ਬਸੇ ਘਰ ਹੁੰਦੇ ਰਤਨ ਪਦਾਰਥ ਭੁੱਖੇ ਚੰਦਨ ਕੇ ਨਿਕਟੇ ਬਸੇ ਸੁਗੰਧ ਨਾ ਹੋਏ ਇੱਥੇ ਜਲ ਬਰਸਦੇ ਇੱਥੇ ਜਲ ਬਰਸਦੇ ਆਖਾਂ ਉਹ ਚਾਤਰਕ ਤੇਰੀ ਜ਼ਿੰਦਗੀ ਨੂੰ
ਆਕਾਸ਼ ਤੇ ਬੱਦਲ ਮੰਡਲਾਨ, ਅੰਬਰ ਤੇ ਆਸਮਾਨ ਤੇ ਕਣ ਹਰ ਛਾਇਆ, ਬਹੁ ਤੇ ਬੱਦਲ ਮੰਡਲਾ ਪੈਣ ਤੇ ਕੇਵਲ ਕਾਲੀਆਂ ਘਟਾ, ਸੱਖਣੀਆਂ ਹੀ ਨਾ ਛਾਈਆਂ ਰਹਿਣ, ਐਨੀ ਮੋਹਲੇ ਧਾਰ ਬਾਰਿਸ਼ ਵੀ ਪਵੇ, ਆਸਮਾਨ ਦੀਆਂ ਉਚਾਈਆਂ ਤੇ ਛੋਣ ਵਾਲੀਆਂ ਕਾਲੀਆਂ ਘਟਾਵਾਂ ਦੀ ਇੱਕ ਇੱਕ ਬੂੰਦ ਵਿੱਚ ਸੰਸਾਰ ਦੇ ਜੀਵਨ ਦੀ ਕੋਈ ਸ਼ਕਤੀ ਛੁਪੀ ਹੋਈ ਹੈ। ਆਸਮਾਨ ਤੋਂ ਬੂੰਦਾਂ ਵਸਦੀਆਂ ਨੇ, ਧਰਤੀ ਸਿੰਜੀ ਜਾਂਦੀ ਹੈ, ਧਰਤੀ ਦਾ ਤਪਦਾ ਸੀਨਾ ਠਰਦਾ ਤੇ ਖੁਸ਼ ਹੋ ਕੇ ਧਰਤੀ ਸੋਨਾ ਉਗਲਦੀ ਹੈ। ਪ੍ਰਸੰਨ ਹੋ, ਧਰਤੀ ਬੀਜ ਨੂੰ ਇੱਕ ਫਲ ਦਾ ਰੂਪ ਦਿੰਦੀ ਹੈ ਤੇ ਉਹ ਬੀਜ ਜਦੋਂ ਅਨਾਜ ਬਣ ਕੇ ਬੋਲ ਲੱਗ ਕੇ ਕਿਸਾਨ ਦੇ ਘਰ ਆਉਂਦਾ ਹੈ, ਉਹਦੇ ਜੀਵਨ ਇਕੱਲੇ ਕਿਸਾਨ ਦੇ ਜੀਵਨ ਦਾ ਹੀ ਸਾਧਨ ਨਹੀਂ, ਸੰਸਾਰ ਦੇ ਜੀਵਨ ਦਾ ਸਾਧਨ ਬਣਦਾ ਹੈ। ਮੈਂ ਇੱਕ ਵਾਰ ਕੀਤੀ ਸੀ, ਕਿਸਾਨੀ ਹਰ ਕੋਈ ਨਹੀਂ ਕਰਦਾ ਪਰ ਅਨਾਜ ਹਰ ਕੋਈ ਖਾਂਦਾ। ਕਿਸਾਨੀ ਕਰਨ ਵਾਲੇ ਸੰਸਾਰ ਅੰਦਰ ਗਿਣਤੀ ਦੇ ਕੁਛ ਲੋਕ ਹੋਣਗੇ ਹਰ ਦੇਸ਼ ਵਿੱਚ, ਪਰ ਜਿਨ੍ਹਾਂ ਨੇ ਕਦੀ ਕਿਸੇ ਨੂੰ ਕਿਸਾਨੀ ਕਰਦਿਆਂ ਅੱਖਾਂ ਨਾਲ ਦੇਖਿਆ ਵੀ ਨਹੀਂ, ਰੋਜ਼ ਸਵੇਰੇ ਸ਼ਾਮ ਖਾਣ ਨੂੰ ਉਹ ਵੀ ਮੰਗਦੇ। ਪਰ ਇੱਕ ਖਿਆਲ ਕਰਿਓ, ਹਜ਼ੂਰ ਨੇ ਬਾਣੀ ਵਿੱਚ ਖਿਆਲ ਦਿੱਤਾ, ਕਹਿੰਦੇ ਨੇ ਕਿਸਾਨ ਆਸਮਾਨ ਵੱਲ ਨੀਚ ਲਾ ਲਾ ਦੇਖਦਾ ਹੈ, ਆਸਮਾਨ ਤੋਂ ਕਦੀ ਬਾਰਿਸ਼ ਦੀਆਂ ਬੂੰਦਾਂ ਪੈਣ, ਛਾਏ ਹੋਏ ਘਨ ਹਰ ਬੱਦਲ ਵਸਣ, ਮੇਰੀ ਧਰਤੀ ਸਿੰਜੀ ਜਾਏ। ਹਾਲਾਂਕਿ ਹਜ਼ੂਰ ਨੇ ਮੁਖਾਤਬ ਕਰਕੇ ਕਿਸਾਨ ਨੂੰ ਆਖਿਆ, ਭਲਿਆ ਤੈਨੂੰ ਵਿਸ਼ਵਾਸ ਦੁਆਨਾ, ਇਹਨਾਂ ਬੱਦਲਾਂ ਵੱਲ ਨਾ ਦੇਖ, ਇਹਨੂੰ ਭੇਜਣ ਵਾਲੇ ਵੱਲ ਦੇਖ। ਹਜ਼ੂਰ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਕਿਉਂ ਉੱਠ ਉੱਠ ਦੇਖੋ ਬੱਪੂੜੇ, ਉੱਠ ਉੱਠ ਦੇਖੋ ਬੱਪੂੜੇ, ਇਸ ਮੇਗੇ ਹੱਥ ਕਿਛਨਾਈ, ਇਸ ਮੇਗੇ ਹੱਥ ਕਿਛਨਾਈ, ਜਿਨ ਕੇ ਮੇਗ ਪਠਾਇਆ, ਇੰਦੂ ਬਰਸੇ ਦਇਆ ਕਰ, ਬਰਸੇ ਦਇਆ ਕਰ, ਲੋਕਾਂ ਮਨ ਉਪਜੇ ਚਾਉ, ਇੰਦ ਬਰਸੇ ਦਇਆ ਕਰ, ਲੋਕਾਂ ਮਨ ਉਪਜੇ ਚਾਉ, ਕਿਉਂ
ਬੱਦਲ ਦੁਨੀਆ ਦੇ ਹਰ ਮਨੁੱਖ ਦੇ ਜੀਵਨ ਦੀ ਖੁਰਾਕ ਪੈਦਾ ਕਰਨ ਦਾ ਸਾਧਨ ਬਣਦੇ ਨੇ। ਪਰ ਹਜ਼ੂਰ ਨੇ ਅਜੀਬ ਕਿਸਮ ਦਾ ਖਿਆਲ ਦੇ ਦਿੱਤਾ, ਕਹਿਣ ਲੱਗੇ ਅਸਮਾਨ ਤੇ ਬੱਦਲ ਮੰਡਲਾਏ, ਅੰਬਰ ਘਣ ਹਰ ਛਾਇਆ, ਉਸਦੀ ਇੱਕ ਇੱਕ ਬੂੰਦ ਵਿੱਚ ਸੰਸਾਰ ਦੀ ਜੀਵਨ ਸ਼ਕਤੀ ਸੀ। ਜਦੋਂ ਬੱਦਲ ਵਸੇ ਤੇ ਬੱਦਲਾਂ ਨੇ ਵਸੀ ਹੋਈ ਬਾਰਿਸ਼ ਨਾਲ ਜਿੰਨੇ ਤਾਲ ਸਨ, ਸਰੋਵਰ ਸਨ, ਨਦੀਆਂ ਸਨ, ਨਾਲੇ ਸਨ, ਸਭ ਭਰ ਦਿੱਤੇ। ਅੰਬਰ ਘਣ ਹਰ ਛਾਇਆ, ਬਰਖ ਭਰੇ ਸਰਤਾਲ, ਬਰਖ ਭਰੇ ਸਰਤਾਲ, ਚਾਤ੍ਰਿਕ ਜਿਉਂ ਤਰਸਤ ਰਹੇ। ਕਹਿਣ ਲੱਗੇ ਮੈਂ ਅਜੀਬ ਕਹਾਣੀ ਦੇਖੀ, ਜਦੋਂ ਆਕਾਸ਼ ਤੇ ਛਾਏ ਹੋਏ ਬੱਦਲ ਵਸੇ ਤੇ ਉਹਨਾਂ ਨੇ ਧਰਤੀ ਦਾ ਹਰ ਹਿੱਸਾ ਸਿੰਜ ਦਿੱਤਾ, ਹਰ ਪਾਸੇ ਜਲ ਥਲ ਕਰ ਦਿੱਤੀ, ਉਦੋਂ ਵੀ ਕੋਈ ਜੀਵ ਐਸਾ ਸੀ ਜਿਹੜਾ ਅਜੇ ਪਾਣੀ ਪਾਣੀ ਪਿਆ ਕੂਕਦਾ ਸੀ। ਮੈਂ ਹੈਰਾਨ ਹੋਇਆ, ਸਤਿਗੁਰ ਨੇ ਬਾਣੀ ਵਿੱਚ ਵੀ ਆਖਿਆ, ਬੰਬੀਹਾ ਜਲ ਮੈਂ ਤੇਰਾ ਵਾਸ ਹੈ, ਜਲ ਹੀ ਮਾਹੇ ਫਿਰਾ ਹੈ, ਜਲ ਕੀ ਸਾਰ ਨਾ ਜਾਣੀ ਤਾਂ ਤੂੰ ਕੂਕੜ ਪਾਏ। ਜਦੋਂ ਹਰ ਪਾਸੇ ਜਲ ਥਲ ਹੋ ਰਿਹਾ ਸੀ, ਹਰ ਪਾਸੇ ਤਲਾਬ ਤੇ ਸਰੋਵਰ ਭਰ ਗਏ ਸਨ, ਉਦੋਂ ਵੀ ਤੂੰ ਅਜੇ ਪਾਣੀ ਪਾਣੀ ਪਿਆ ਕੂਕਦਾ ਸੀ। ਕਹਿਣ ਲੱਗੇ ਮੈਂ ਤੇਰੀ ਜ਼ਿੰਦਗੀ ਵੱਲ ਵੇਖ ਕੇ ਕਈ ਵਾਰ ਨਿਰਾਸ਼ ਹੁੰਦਾ, ਸੋਚਣਾ ਤੂੰ ਕੈਸਾ ਅਭਾਗਾ ਹੈ। ਵਸਦੇ ਹੋਏ ਬੱਦਲਾਂ ਵਿੱਚੋਂ ਹਰ ਮਨੁੱਖ ਨੂੰ ਜੀਵਨ ਦੀ ਕੋਈ ਸ਼ਕਤੀ ਧਾਰਾ ਮਿਲੀ ਹੈ, ਤੂੰ ਅਜੇ ਵੀ ਤਰਸ ਰਿਹਾ ਹੈ, ਤ੍ਰਿਖਾਵੰਤੀ ਹੈ। ਕਹਿਣ ਲੱਗੇ ਅੰਬਰ ਘਣ ਹਰ ਛਾਇਆ, ਬਰਖ ਭਰੇ ਸਰ ਤਾਲ, ਚਾਤ੍ਰਿਕ ਜਿਉਂ ਤਰਸਤ ਰਹੇ, ਤਿਨਕੋ ਕੌਣ ਹਵਾਲ। ਜਿਹੜੇ ਅਜੇ ਵੀ ਪਾਣੀ ਪਾਣੀ ਪੈ ਕੁੱਕਣ, ਉਹਨਾਂ ਨੂੰ ਪਾਣੀ ਦੇ ਮਾਲਕ ਦਾ ਚੇਤਾ ਹੀ ਨਾ ਹੋਵੇ, ਉਹਨਾਂ ਦੀ ਕਹਾਣੀ ਕੀ ਕਰਾਂ। ਮਹਿਰਾਨ ਹੋਇਆ ਜਦੋਂ ਬਾਬਾ ਕਬੀਰ ਦੀ ਇਹ ਗੱਲ ਪੜ੍ਹੀ, ਸੋਚਿਆ ਉਹ ਸਿੱਖਾ ਕਿਤੇ ਐਸਾ ਤੇ ਨਹੀਂ, ਤੂੰ ਅਜੇ ਵਰਸਦੇ ਬੱਦਲਾਂ ਜਿਨ੍ਹਾਂ ਨੇ ਸੰਸਾਰ ਨੂੰ ਸਿੰਜਿਆ ਉਹਨਾਂ ਨੂੰ ਪਛਾਣਿਆ ਹੀ ਨਾ ਹੋਵੇ। ਕਦੀ ਤੂੰ ਇਤਿਹਾਸ ਦੇ ਪੰਨਿਆਂ ਤੇ ਪੜ੍ਹਦਾ ਥੱਕਦਾ ਨਹੀਂ ਸੈਂ ਕਿ ਬਾਬਰ ਨੂੰ ਗੁਰੂ ਨਾਨਕ ਨੇ ਬਾਦਸ਼ਾਹੀ ਦਿੱਤੀ। ਕਦੀ ਇਤਿਹਾਸ ਦੇ ਪੰਨਿਆਂ ਤੋਂ ਪੜ੍ਹ ਕੇ ਤੂੰ ਫਖਰ ਕਰਦਾ ਸੈਂ, ਤੇਰੇ ਮਨ ਦੀ ਗੌਰਵਤਾ ਦਾ ਇੱਕ ਚਿੰਨ੍ਹ ਸੀ, ਤੇਰੇ ਮਨ ਦੀ ਤੇਰੇ
ਮੇਰੀ ਆਤਮਾ ਦੀ ਸ਼ਕਤੀ ਬਣਾਉਣ ਦਾ ਪ੍ਰਤੀਕ ਇੱਕ ਇਤਿਹਾਸ ਦਾ ਪੰਨਾ ਸੀ ਕਿ ਬਾਦਸ਼ਾਹ ਬਾਬਰ ਨੂੰ ਵੀ ਜੇ ਸਿੰਘਾਸਨ ਨਸੀਬ ਹੋਇਆ ਤਾਂ ਗੁਰੂ ਨਾਨਕ ਦੀ ਰਹਿਮਤ ਨਾਲ। ਕਿਹੜੀ ਅਜੀਬ ਗੱਲ ਹੈ, ਤੂੰ ਥੋੜਾ ਜਿਹਾ ਹੋਰ ਅੱਗੇ ਵਧਿਓ, ਇਤਿਹਾਸ ਦੇ ਪੰਨਿਆਂ ਨੇ ਫਿਰ ਤੇਰੇ ਸਾਹਮਣੇ ਹਿਸਟਰੀ ਰੱਖ ਦਿੱਤੀ ਕਿ ਜਦੋਂ ਸ਼ੇਰ ਸ਼ਾਹ ਸੂਰੀ ਕੋਲੋਂ ਹਾਰ ਕੇ ਹਮਾਇਉਂ ਦਰਬ ਦਰ ਭਟਕ ਗਿਆ, ਘਰੋਂ ਬੇਘਰ ਹੋ ਗਿਆ, ਉਦੋਂ ਉਹਨੂੰ ਫਿਰ ਜੇ ਬਖਸ਼ਿਸ਼ ਕੀਤੀ ਤਾਂ ਫਿਰ ਗੁਰੂ ਨੇ ਜਦੋਂ ਆਪਸੀ ਘਰੋਗੀ ਇਖਤਲਾਫ ਦੇ ਕਾਰਨ ਰਾਜ ਸਿੰਘਾਸਨ ਔਰੰਗਜ਼ੇਬ ਦੇ ਪੁੱਤਰਾਂ ਵਿੱਚ ਇੱਕ ਟਕਰਾਅ ਤੇ ਮੌਤ ਦਾ ਕਾਰਨ ਬਣਿਆ ਹੋਇਆ ਸੀ, ਉਦੋਂ ਬਹਾਦਰ ਸ਼ਾਹ ਨੂੰ ਗੱਦੀ ਤੇ ਬਿਠਾ ਕੇ ਸਿੰਘਾਸਨ ਦੇਣ ਵਾਲਾ ਫਿਰ ਇਤਿਹਾਸ ਦੇ ਪੰਨਿਆਂ ਤੇ ਗੁਰੂ ਨਜ਼ਰ ਆਉਂਦਾ ਹੋਵੇ ਤੇ ਤੂੰ ਕਿਸੇ ਹੋਰ ਕੋਲੋਂ ਰਾਜ ਮੰਗਣਾ ਹੈ? ਕਿੱਡੀ ਅਜੀਬ ਗੱਲ ਹੈ, ਤੂੰ ਕਿਸੇ ਦਾ ਮੁਹਤਾਜ ਕਿਉਂ ਹੈ? ਇਹਦਾ ਮਤਲਬ ਤੈਨੂੰ ਗੁਰੂ ਨਾਨਕ ਕੋਲੋਂ ਰਾਜ ਮੰਗਣਾ ਨਹੀਂ, ਇਹਦਾ ਹੈ ਵੀ ਠੀਕ। ਗੁਰੂ ਨਾਨਕ ਕੋਲੋਂ ਰਾਜ ਮੰਗਣ ਲਈ ਤੈਨੂੰ ਗੁਰੂ ਨਾਨਕ ਦਾ ਬਣਨਾ ਪੈਂਦਾ ਜਿਹੜਾ ਤੂੰ ਅਜੇ ਬਣਿਆ ਨਹੀਂ। ਇੱਕ ਖਿਆਲ ਕਰੀ, ਮੈਂ ਇੱਕ ਵਾਰ ਅਰਜ਼ ਕੀਤੀ ਸੀ ਜ਼ਰਾ ਠਰੰਮੇ ਨਾਲ ਇਸ ਗੱਲ ਨੂੰ ਸਮਝ ਲਿਓ, ਕਈ ਵਾਰ ਕਾਹਲੀ ਨਾਲ ਸੁਣੀ ਹੋਈ ਗੱਲ ਅਚੇਤ ਮਨ 'ਤੇ ਕਈ ਵਾਰ ਠੋਕਰ ਮਾਰ ਜਾਂਦੀ ਅਤੇ ਉਹ ਮਨੁੱਖ ਬਰਦਾਸ਼ਤ ਨਹੀਂ ਕਰ ਸਕਦਾ। ਅਸੀਂ ਆਪਣੇ ਕੇਸਾਧਾਰੀ ਸਰੂਪ ਨੂੰ ਸਿੱਖ ਸਰੂਪ ਆਖਦੇ ਹਾਂ। ਮੈਂ ਇੱਕ ਵਾਰ ਕੀਤੀ ਸੀ ਜ਼ਰਾ ਇਹਦੀ ਗਹਿਰਾਈ ਵਿੱਚ ਜਾ। ਅੱਜ ਮੇਰਾ ਮਕਸਦ ਇਹ ਨਹੀਂ, ਲੇਕਿਨ ਉਦਾਹਰਣ ਵਜੋਂ ਕਿਉਂਕਿ ਦਰਮਿਆਨ ਵਿੱਚ ਇਹ ਗੱਲ ਆ ਗਈ, ਮੈਂ ਇਹ ਵੀ ਸਪਸ਼ਟ ਕਰਨਾ ਚਾਹੁੰਦਾ। ਅਤੇ ਅਸੀਂ ਅਕਸਰ ਇਹ ਅਲਫਾਜ਼ ਵਰਤਣ ਲੱਗ ਪਏ ਹਾਂ, ਕੇਸ ਸਿੱਖ ਦੀ ਨਿਸ਼ਾਨੀ ਨੇ, ਕੇਸ ਸਿੱਖ ਦੀ ਨਿਸ਼ਾਨੀ ਨੇ। ਭੁਲੇਖੇ ਵਿੱਚ ਨਾ ਰਹੋ, ਇਹ ਆਖ ਆਖ ਕੇ ਅਸੀਂ ਕੇਸਾਂ ਦੀ ਮਹਾਨਤਾ ਨੂੰ ਛੋਟਾ ਕੀਤਾ, ਵੱਡਾ ਨਹੀਂ ਕੀਤਾ। ਅਸੀਂ ਆਖਿਆ ਕੇਸ ਸਿੱਖ ਦੀ ਨਿਸ਼ਾਨੀ, ਕਿ ਕੇਸ ਮੁਸਲਮਾਨ ਨੂੰ ਨਹੀਂ ਮਿਲਦਾ, ਬਦਕਿਸਮਤ ਹੈ, ਗੁਆ ਦਿੰਦਾ, ਮਿਲਦੇ ਤਾਂ ਉਸਨੂੰ ਵੀ। ਕਿ ਕੇਸ ਹਿੰਦੂ ਨੂੰ ਨਹੀਂ ਮਿਲਦਾ, ਬਦਕਿਸਮਤ ਹੈ, ਗੁਆ ਦਿੰਦਾ। ਦੁਨੀਆਂ ਦੇ ਹਰ ਮਨੁੱਖ ਨੂੰ ਕੇਸ ਮਿਲਦੇ ਨੇ, ਇਸ ਲਈ ਕੇਸ ਸਿੱਖ ਦੀ ਨਿਸ਼ਾਨੀ ਨਹੀਂ, ਕੇਸ ਮਨੁੱਖ ਦੀ ਨਿਸ਼ਾਨੀ ਨੇ। ਸੰਸਾਰ ਦੇ ਅੰਦਰ ਕਾਦਰ ਨੇ ਕੁਦਰਤ ਦੇ ਹਰ ਜੀਵ ਨੂੰ ਬਣਾਉਣ ਲੱਗਿਆਂ ਹਰ ਜੀਵ ਦੀ ਆਈਡੈਂਟੀ ਆਪਣੀ ਰੱਖੀ ਹੈ, ਉਹਦੀ ਪਛਾਣ ਆਪਣੀ ਰੱਖੀ ਹੈ, ਕੋਈ ਨਾ ਕੋਈ ਥੋੜ੍ਹਾ ਜਿਹਾ ਫਰਕ ਵੀ ਰੱਖਿਆ। ਹਜ਼ੂਰ ਨੇ ਬਾਣੀ ਵਿੱਚ ਵੀ ਇਸੇ ਲਈ ਆਖ ਦਿੱਤਾ, ਕਹਿਣ ਲੱਗੇ ਵਿਸਮਾਦ ਜੀ ਵਿਸਮਾਦ ਭੇਦ,
ਹੇ ਮਾਲਕ ਮੈਂ ਤੇਰੇ ਜੀਵਾਂ ਦੇ ਵੱਖ ਵੱਖ ਸਰੂਪ ਨੂੰ ਵੱਖ ਵੱਖ ਪਛਾਣ ਨੂੰ ਦੇਖ ਕੇ ਹੈਰਾਨ ਹੁੰਦਾ, ਜਿੰਨੇ ਤੂੰ 84 ਲੱਖ ਜੂਨ ਬਣਾਈ ਹਰ ਇੱਕ ਵਿੱਚ ਫਰਕ, ਇੰਨੇ ਮਾਡਲ ਵੱਖ ਵੱਖ ਬਣਾ ਦਿੱਤੇ, ਹਰ ਇੱਕ ਦੀ ਆਪਣੀ ਪਛਾਣ, ਕਦੇ ਕਿਸੇ ਨੇ ਤੋਤੇ ਨੂੰ ਮੋਰ ਨਹੀਂ ਆਖਿਆ, ਕਦੇ ਕਿਸੇ ਨੇ ਮੋਰ ਨੂੰ ਕਬੂਤਰ ਨਹੀਂ ਆਖਿਆ, ਹਰ ਕਿਸੇ ਦੀ ਆਪਣੀ ਪਛਾਣ। ਇਸੇ ਤਰ੍ਹਾਂ ਸੰਸਾਰ ਦੇ ਅੰਦਰ ਹਰ ਜੀਵ ਦੀ ਪਛਾਣ ਪੈਦਾ ਕਰਦੇ ਆ, ਤੂੰ ਮਨੁੱਖ ਅੰਦਰ ਵੀ ਨਰ ਤੇ ਮਦੀਨ ਦੀ ਪਛਾਣ ਪੈਦਾ ਕੀਤੀ, ਮਨੁੱਖ ਦੇ ਅੰਦਰ ਕੇਸ਼ਾਧਾਰੀ ਸਰੂਪ ਦਿੱਤਾ ਜਿਹੜਾ ਕਿਸੇ ਹੋਰ ਨੂੰ ਨਹੀਂ। ਫਿਰ ਇਸਤਰੀ ਮਰਦ ਦੀ ਪਛਾਣ ਵੀ ਵੱਖ ਵੱਖ ਕਰਨ ਲੱਗਿਆ, ਤੂੰ ਉਹਦੇ ਦਾੜੇ ਤੇ ਇਹਦੇ ਦਾੜੇ ਵਿੱਚ ਫਰਕ ਰੱਖ ਦਿੱਤਾ, ਆਖਿਆ ਉਹਨੂੰ ਦਾੜਾ ਨਾ ਦਿਆਂ ਇਹਨੂੰ ਦਾੜਾ ਦੇ ਦਿਆਂ, ਨਰ ਤੇ ਮਦੀਨ ਦੀ ਪਛਾਣ ਵੀ ਹੋ ਸਕੇ। ਇਹ ਤਾਂ ਮਨੁੱਖ ਦੀ ਪਛਾਣ ਹੈ। ਤੇ ਗੁਰੂ ਨੇ ਪਤਾ ਜੀ ਰਹਿਮਤ ਕੀ ਕੀਤੀ, ਉਹਨੇ ਆਖਿਆ ਜੇ ਤੂੰ ਅਜੇ ਮਨੁੱਖ ਹੀ ਨਹੀਂ ਬਣਿਆ, ਮੈਂ ਤੈਨੂੰ ਸਿੱਖ ਕਿਵੇਂ ਬਣਾਵਾਂ। ਜਿਹੜਾ ਮਨੁੱਖ ਹੀ ਨਹੀਂ ਬਣਿਆ ਸਿੱਖ, ਤਾਂ ਉਸ ਤੋਂ ਅਗਲੀ ਗੱਲ ਹੈ ਨਾ, ਜਿਹੜੇ ਮਾਨਸ ਤੇ ਦੇਵਤੇ ਕੀ ਹੈ। ਕਹਿਣ ਲੱਗੇ ਤੂੰ ਪਹਿਲਾਂ ਪੂਰਨ ਮਨੁੱਖ ਬਣ, ਕੇਸ਼ਾਧਾਰੀ ਸਰੂਪ ਸੰਪੂਰਨ ਕਰ, ਕਿਉਂਕਿ ਪੂਰਨ ਮਨੁੱਖ ਦੀ ਨਿਸ਼ਾਨੀ ਹੈ, ਮਤ ਸਮਝਿਓ ਇਹ ਸਿੱਖ ਦੀ ਨਿਸ਼ਾਨੀ, ਇਹ ਹਰ ਹਿੰਦੂ ਨੂੰ ਵੀ ਰੱਖਣੇ ਚਾਹੀਦੇ ਨੇ। ਜੇ ਹਿੰਦੂ ਨੇ ਪੂਰਨ ਮਨੁੱਖ ਬਣਨਾ ਉਹਨੂੰ ਵੀ ਰੱਖਣੇ ਚਾਹੀਦੇ ਨੇ, ਹਰ ਮੁਸਲਮਾਨ ਨੂੰ ਵੀ ਰੱਖਣੇ ਚਾਹੀਦੇ, ਕਿਉਂਕਿ ਕੇਸ਼ ਤਾਂ ਪੂਰਨ ਮਨੁੱਖ ਦੀ ਨਿਸ਼ਾਨੀ ਨੇ। ਤੇ ਗੁਰੂ ਨੇ ਰਹਿਮਤ ਕਰਕੇ ਸਿੱਖ ਨੂੰ ਪ੍ਰੇਰਨਾ ਦਿੱਤੀ, ਕਹਿਣ ਲੱਗੇ ਪਹਿਲੇ ਤੂੰ ਪੂਰਨ ਮਨੁੱਖ ਬਣ, ਫਿਰ ਮੈਂ ਤੈਨੂੰ ਸਿਧਾਂਤ ਦਿਆਂਗਾ, ਉਸ ਸਿਧਾਂਤ ਨਾਲ ਤੂੰ ਸਿੱਖ ਬਣੇਗਾ। ਜਦੋਂ ਮਨੁੱਖ ਕੇਸ਼ਾਧਾਰੀ ਹੁੰਦਾ ਹੈ ਉਦੋਂ ਉਹ ਪੂਰਨ ਮਨੁੱਖ ਹੁੰਦਾ ਹੈ, ਜਦੋਂ ਕੇਸ਼ ਗਵਾ ਲੈਂਦਾ ਹੈ ਉਹ ਅਧੂਰਾ ਮਨੁੱਖ ਹੋ ਜਾਂਦਾ ਹੈ। ਜਦੋਂ ਕੇਸ਼ਾਧਾਰੀ ਹੁੰਦਾ ਹੈ ਉਹ ਪੂਰਨ ਮਨੁੱਖ ਬਣਦਾ ਹੈ, ਤਾਂ ਫਿਰ ਗੁਰੂ ਆਖਦਾ ਹੁਣ ਤੂੰ ਪੂਰਨ ਮਨੁੱਖ ਬਣ ਗਿਆ, ਆ ਮੈਂ ਤੈਨੂੰ ਹੁਣ ਸਿਧਾਂਤ ਦਿਆਂ ਤਾਂ ਕਿ ਤੂੰ ਮਨੁੱਖ ਤੋਂ ਜਿਨ ਮਾਨਸ ਦੇ ਦੇਵਤੇ ਕੀਏ ਹੁਣ ਸਿੱਖ ਬਣ ਜਾਏ। ਕੇਸਾਂ ਨਾਲ ਮਨੁੱਖ ਬਣਦਾ, ਸਿਧਾਂਤ ਨਾਲ ਸਿੱਖ ਬਣਦਾ, ਇਹ ਖਿਆਲ ਕਰੇ। ਬਲਕਿ ਜਦੋਂ ਅਸੀਂ ਆਖਦੇ ਹਾਂ ਨਾ ਕੇਸ ਤਾਂ ਸਿੱਖ ਦੀ ਨਿਸ਼ਾਨੀ ਨੇ, ਹਿੰਦੂ ਸੋਚਣ ਲੱਗ ਪੈਂਦਾ ਮੈਨੂੰ ਕੇਸ ਕਟਾਉਣੇ ਜ਼ਰੂਰੀ ਨੇ, ਮਤ ਕਿਤੇ ਕੇਸ ਰੱਖ ਲਵਾਂ ਤੇ ਲੋਕ ਆਖਣੇ ਸਿੱਖ ਹੈ। ਜਦੋਂ ਅਸੀਂ ਆਖਦੇ ਹਾਂ ਨਾ ਕੇਸ ਸਿੱਖ ਦੀ ਨਿਸ਼ਾਨੀ ਹੈ, ਮੁਸਲਮਾਨ ਕਹਿੰਦਾ ਮੈਨੂੰ ਕਟਾਉਣੇ ਜ਼ਰੂਰੀ ਨੇ, ਮਤ ਮੈਂ ਰੱਖ ਲਵਾਂ ਲੋਕ ਮੈਨੂੰ ਸਿੱਖ ਨੂੰ ਆਖਣ ਲੱਗ ਪੈਂਦੇ। ਕੇਸ ਤਾਂ ਦੁਨੀਆ ਦੇ ਹਰ ਮਨੁੱਖ ਨੂੰ, ਜਿਸਨੇ ਮਨੁੱਖਤਾ ਦੀ ਪਛਾਣ ਆਪਣੀ ਕਾਇਮ ਰੱਖਣੀ ਹੈ, ਜਿਸਨੇ ਅਧੂਰਾ ਮਨੁੱਖ ਨਹੀਂ ਬਣਨਾ, ਭਾਵੇਂ ਉਹ ਮੁਸਲਮਾਨ ਹੈ, ਭਾਵੇਂ ਉਹ ਈਸਾਈ ਹੈ, ਭਾਵੇਂ ਉਹ ਹਿੰਦੂ ਹੈ, ਦੁਨੀਆ ਦੇ ਹਰ ਮਨੁੱਖ ਨੂੰ ਮਨੁੱਖ ਬਣਨ ਲਈ ਕੇਸ ਰੱਖਣੇ ਜ਼ਰੂਰੀ ਨੇ। ਉਸ ਤੋਂ ਬਾਅਦ ਮਿਲਣਾ ਸਿਧਾਂਤ, ਤੇ ਸਿਧਾਂਤ ਨਾਲ ਉਹਨੇ ਬਣਨਾ ਸਿੱਖ। ਤੇ ਮੈਂ ਇੱਥੇ ਰੁਕਣਾ ਚਾਹੁੰਦਾ, ਕਿਤੇ ਐਸੀ ਗੱਲ ਤੇ ਨਹੀਂ ਸਾਡੇ ਕੋਲ ਕੇਸ ਹੋਣ, ਅਸੀਂ ਮਨੁੱਖ ਤਾਂ ਬਣ ਗਏ ਹੋਈ ਅਜੇ ਸਿੱਖ ਨਾ ਬਣੇ ਹੋਈਏ। ਬਤਾਤ ਮੈਂ ਐਸੇ ਹੀ ਦੇਖਦਾ, ਜਿਹੜੇ ਸਿਧਾਂਤਹੀਨ ਨੇ, ਆ ਸਾਡੇ ਸਾਰੇ ਦੁਖਾਂਤ ਦਾ ਕਾਰਨ ਇੱਕੋ ਹੈ ਕਿ ਅਸੀਂ ਗੁਰੂ ਸਿਧਾਂਤ ਨਾਲ ਨਹੀਂ ਜੁੜੇ, ਸਿਧਾਂਤਹੀਨ ਹੋ ਗਏ।
ਵੀਰੋ, ਸਾਡਾ ਸਿਧਾਂਤਹੀਨ ਹੋਣਾ ਕੋਈ ਖੁਸ਼ੀ ਦੀ ਗੱਲ ਹੈ ਜਿੱਥੇ ਆਪਾਂ ਜਕਾਰਾ ਵਜਾਇਆ? ਐਵੇਂ ਤੱਕ ਨਹੀਂ, ਮੈਂ ਕਰਜ਼ ਕਰਿਆ ਸਾਂ, ਜਿਹੜਾ ਗੁਰੂ ਬਾਬਰ ਨੂੰ ਰਾਜ ਦੇ ਸਕਦਾ, ਜਿਹੜਾ ਗੁਰੂ ਹਮਾਯੂ ਨੂੰ ਰਾਜ ਦੇ ਸਕਦਾ, ਜਿਹੜਾ ਗੁਰੂ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਨੂੰ ਸਿੰਘਾਸਨ ਤੇ ਬਿਠਾ ਸਕਦੇ, ਉਹ ਸਿੱਖ ਨੂੰ ਰਾਜ ਨਹੀਂ ਦੇ ਸਕਦਾ? ਪਰ ਇੱਕ ਖਿਆਲ ਕਰਿਓ, ਸਚਮੁੱਚ ਬਾਣੀ ਵਿੱਚ ਇੱਕ ਸ਼ਬਦ ਬੜਾ ਖੂਬਸੂਰਤ ਫਰਮਾਇਆ, ਕਹਿਣ ਲੱਗੇ ਪਾਤਸ਼ਾਹੀ ਪਾਤਸ਼ਾਹੀ ਭਗਤ ਜਨਾ ਕੋ ਦਿੱਤੀ ਹੈ, ਪਾਤਸ਼ਾਹੀ ਭਗਤ ਜਨਾ ਕੋ ਦਿੱਤੀ ਹੈ, ਸਿਰ ਛੱਤ ਸੱਚਾ ਆਪ ਬਣਾਏ, ਸਿਰ ਛੱਤ ਸੱਚਾ ਆਪ ਬਣਾਏ। ਤੇ ਅੱਗੇ ਜਾ ਕੇ ਇੱਕ ਗੱਲ ਹੋਰ ਆਖਣ ਲੱਗੇ, ਕਹਿਣ ਲੱਗੇ ਰਾਜੇ ਆਏ ਨਾ ਆਖੀਆਂ, ਰਾਜੇ ਆਏ ਨਾ ਆਖੀਆਂ ਭਿੜ ਮਾਰੇ, ਰਾਜੇ ਓਏ ਨਾ ਆਖੀਏ ਭਿੜ ਮਾਰੇ ਫਿਰ ਜੋਨੀ ਪਾਏ। ਕਿਹੜੀ ਅਜੀਬ ਗੱਲ ਹੈ, ਗੁਰੂ ਆਖਦੇ ਮੈਂ ਰਾਜ ਦੇਣ ਲਈ ਤਿਆਰ ਹਾਂ, ਬਾਦਸ਼ਾਹੀ ਹਮੇਸ਼ਾ ਭਗਤ ਨੂੰ ਹੀ ਦੇਣਾ ਚਾਹੁੰਦਾ, ਕਿਉਂਕਿ ਸਿੰਘਾਸਨ ਤੇ ਚੰਗੇ ਮਨੁੱਖ ਬੈਠਣ ਤਾਂ ਰਾਜ ਚੰਗਾ ਮਿਲਦਾ ਪ੍ਰਜਾ ਨੂੰ, ਪ੍ਰਜਾ ਸੁਖੀ ਵਸਦੀ ਹੈ। ਪਰ ਨਾਲ ਹੀ ਆਖਣ ਲੱਗੇ ਮੇਰੀ ਨਿਗਾਹ ਵਿੱਚ ਮੈਂ ਉਹਨਾਂ ਨੂੰ ਰਾਜਾ ਨਹੀਂ ਮੰਨਦਾ ਜਿਹੜੇ ਕੇਵਲ ਤਲਵਾਰ ਦੇ ਜ਼ੋਰ ਨਾਲ ਰਾਜ ਕਰਦੇ ਨੇ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਇੱਕ ਖਿਆਲ ਕਰਿਓ, ਸੰਸਾਰ ਅੰਦਰ ਹਥਿਆਰਾਂ ਦੀ ਬੜੀ ਹੋੜ ਲੱਗ ਗਈ, ਕਿਉਂਕਿ ਹਰ ਪਹਿਲੂ ਨੂੰ ਸਮਝਣਾ। ਸਾਡੇ ਕੋਲੋਂ ਗੁਸਤਾਖੀ ਇਹ ਹੋਈ, ਗਲਤੀ ਇਹ ਹੋਈ ਕਿ ਅਸੀਂ ਇੱਕ ਪਹਿਲੂ ਨੂੰ ਲੈ ਕੇ ਤੁਰੇ, ਦੂਜਾ ਪਹਿਲੂ ਗੁਆ ਬੈਠੇ। ਹਥਿਆਰਾਂ ਦੀ ਹੋੜ ਲੱਗ ਗਈ। ਅੱਜ ਤੋਂ ਸਦੀਆਂ ਪਹਿਲਾਂ ਅੱਜ ਵਾਲੇ ਸੂਖਸ਼ਮ ਹਥਿਆਰ ਨਹੀਂ ਸਨ, ਅੱਜ ਵਾਲੇ ਸਾਧਨ ਲੜਨ ਦੇ ਨਹੀਂ ਸਨ। ਅੱਜ ਤੇ ਐਸੀਆਂ ਮਿਜ਼ਾਈਲਾਂ ਬਣ ਗਈਆਂ ਨੇ ਕਿ ਹਮਲਾਵਰ ਨੂੰ ਆਪਣੇ ਘਰ ਵਿੱਚ ਬੈਠੀਆਂ ਹੀ ਕੰਮ ਦੇ ਜਾਂਦੀਆਂ ਨੇ। ਲੜਨ ਵਾਸਤੇ ਕਿਸੇ ਮੈਦਾਨ ਦੀ ਚੋਣ ਕਰਨ ਦੀ ਵੀ ਜ਼ਰੂਰਤ ਨਹੀਂ ਪੈਂਦੀ। ਪਰ ਹਥਿਆਰਾਂ ਦੀ ਇੰਨੀ ਇਕੱਤਰਤਾ ਕਰਨ ਵਾਲੇ, ਇੰਨੇ ਕੀਮਤੀ ਕਿਸਮ ਦੇ ਹਥਿਆਰ ਇਜਾਦ ਕਰਨ ਵਾਲੇ ਲੋਕ, ਉਹਨਾਂ ਨੇ ਇਸ ਮਹਿਕਮੇ ਦਾ ਨਾਮ ਡਿਫੈਂਸ ਕਿਉਂ ਰੱਖਿਆ? ਇੱਕ ਦਿਨ ਮੈਂ ਇਸ ਟੌਪਿਕ ਤੇ ਬੋਲ ਰਿਹਾ ਸੀ, ਉਹਨਾਂ ਨੇ ਇਸ ਮਹਿਕਮੇ ਦਾ ਨਾਮ ਡਿਫੈਂਸ ਕਿਉਂ ਰੱਖਿਆ? ਹਾਲਾਂਕਿ ਜਦੋਂ ਵੀ ਲੜਾਈ ਹੁੰਦੀ ਹੈ,
ਜਦੋਂ ਵੀ ਸੰਸਾਰ ਅੰਦਰ ਕਿਸੇ ਦੇਸ਼ ਦਾ ਟਕਰਾਅ ਹੁੰਦਾ ਹੈ, ਆਖਰ ਤੇ ਕੋਈ ਪਹਿਲ ਕਰਦਾ ਹੀ ਹੈ ਨਾ, ਆਖਰ ਤੇ ਕੋਈ ਪਹਿਲ ਕਰਦਾ, ਅਫੈਂਸ ਵਿੱਚ ਵੀ ਕੋਈ ਹੁੰਦਾ ਹੀ ਹੈ। ਲੇਕਿਨ ਕਿਹੜੀ ਅਜੀਬ ਗੱਲ ਹੈ, ਜਿਹੜਾ ਅਫੈਂਸ ਕਰਦਾ ਹੈ ਉਹਦੇ ਕੋਲ ਵੀ ਇੱਕ ਪੁੱਛੇ ਕਿ ਤੇਰੇ ਇਸ ਸਾਰੇ ਹਥਿਆਰਾਂ ਦਾ ਜ਼ਖੀਰਾ ਜਿਹੜਾ, ਤੇਰੀ ਇਹ ਸਾਰੀ ਫੌਜ ਦੀ ਇਕੱਤਰਤਾ ਜਿਹੜੀ, ਤੂੰ ਇਸਨੂੰ ਨਾਮ ਦੇ ਅਫੈਂਸ ਦਾ ਮਹਿਕਮਾ ਕਦੀ ਨਹੀਂ ਦੇਵੇਗਾ। ਕਿਉਂ? ਕਿਉਂਕਿ ਇੰਨੀ ਦੁਨੀਆ ਅੰਦਰ ਇੰਨੇ ਕੀਮਤੀ ਇਸ ਯੁੱਗ ਵਿੱਚ ਹਥਿਆਰ ਪੈਦਾ ਕਰਨ ਵਾਲੇ, ਮੌਤ ਦੀ ਤਰਕੀਬ ਸੋਚਣ ਵਾਲੇ ਲੋਕ ਵੀ ਇਹ ਗੱਲ ਜਾਣਦੇ ਨੇ ਕਿ ਦੁਨੀਆ ਅੰਦਰ ਹਥਿਆਰ ਦੀ ਤਾਕਤ ਦੀ ਵਰਤੋਂ ਕਰਨ ਵਾਲੇ ਨੂੰ ਕਦੀ ਦੁਨੀਆ ਪ੍ਰਵਾਨ ਨਹੀਂ ਕਰਦੀ। ਹਥਿਆਰ ਦੀ ਵਰਤੋਂ ਨਾਲ ਦੂਜੇ ਨੂੰ ਕਮਜ਼ੋਰ ਕਰਨ ਵਾਲੇ ਨੂੰ ਕਦੀ ਸੰਸਾਰ ਪ੍ਰਵਾਨ ਨਹੀਂ ਕਰਦਾ। ਇਹੋ ਕਾਰਨ ਹੈ ਅਫੈਂਸ ਵਾਲਾ ਵੀ ਆਪਣੇ ਮਹਿਕਮੇ ਦਾ ਨਾਂ ਅਫੈਂਸ ਦਾ ਮਹਿਕਮਾ ਨਹੀਂ ਰੱਖਦਾ, ਕਹਿੰਦੇ ਨਹੀਂ ਨਹੀਂ ਮੇਰਾ ਮਹਿਕਮਾ ਤਾਂ ਡਿਫੈਂਸ ਦਾ। ਕਿਉਂ? ਇਹਦਾ ਮਤਲਬ ਦੁਨੀਆ ਦੇ ਹਿਰਦੇ ਦੇ ਕਿਸੇ ਕੋਨੇ ਵਿੱਚ ਇੱਕ ਗੱਲ ਘਰ ਕਰ ਚੁੱਕੀ ਹੈ ਕਿ ਤੇਰੇ ਕੋਲ ਹਥਿਆਰ ਹੋਣ ਪਰ ਡਿਫੈਂਸ ਲਈ, ਅਫੈਂਸ ਲਈ ਨਹੀਂ। ਮੈਂ ਕਰਜ਼ ਕਰਾਂ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖ ਨੂੰ ਤਲਵਾਰ ਦਿੱਤੀ ਡਿਫੈਂਸ ਲਈ, ਅਫੈਂਸ ਲਈ ਨਹੀਂ। ਰੱਖੀ ਤੇ ਉਹ ਤਲਵਾਰ ਭਾਵੇਂ ਕਿਸੇ ਦੇ ਹੱਥ ਚਲੀ ਜਾਏ, ਜੇ ਅਫੈਂਸ ਬਣਦੀ ਹੈ ਤੇ ਦੁਨੀਆ ਦੇ ਲੋਕ ਕਦੀ ਪ੍ਰਵਾਨ ਨਹੀਂ ਕਰਦੇ। ਮੈਂ ਕਰ ਰਿਹਾ ਸਾਂ, ਸਾਡੇ ਕੋਲ ਕੋਈ ਸਿਧਾਂਤ ਖੁਸ਼ਿਆ ਨਹੀਂ ਤੇ ਉਹ ਗੁਰੂ ਜਿਹੜਾ ਸੰਸਾਰ ਨੂੰ ਰਾਜ ਦਿੰਦਾ ਹੋਵੇ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਮੈਂ ਹੈਰਾਨ ਹਾਂ, ਇੱਥੇ ਜਲ ਵਰਖਦੇ ਜਦੋਂ ਗੁਰੂ ਦੀਆਂ ਇੰਨੀਆਂ ਰਹਿਮਤਾਂ ਹੋਣ, ਗੁਰੂ ਆਖ ਰਿਹਾ ਹੋਵੇ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੇ, ਉਦੋਂ ਸਿੱਖ ਨੂੰ ਗੁਰੂ ਕੇ ਦਰਬਾਰ ਵਿੱਚ ਖਲੋ ਕੇ ਇਹ ਗੱਲ ਆਖਣੀ ਪਵੇ ਸਾਡੇ ਤੇ ਵਿਪਤਾ ਹੈ, ਹੁਣੇ ਬਖਸ਼ੀ ਸਭਾ ਕਰਿਆ ਸੀ। ਜਦੋਂ ਗੁਰੂ ਆਖ ਲਿਆ ਹੋਵੇ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੇ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ, ਉਸ ਟਾਈਮ ਤੇ ਕੋਈ ਸਿੱਖ ਗੁਰੂ ਕੇ ਦਰਬਾਰ ਵਿੱਚ ਖਲੋ ਕੇ ਆਖ ਰਿਹਾ ਹੋਵੇ ਸਾਡੇ ਤੇ ਵਿਪਤਾ ਹੈ, ਸਾਡੇ ਤੇ ਦੁਖਾਂਤ ਵਾਪਰ ਰਹੇ, ਅਸੀਂ ਕਿਸੇ ਕਸ਼ਟ ਤੇ ਵਿਪਤਾ ਵਿੱਚੋਂ ਲੰਘ ਰਹੇ। ਕਿਉਂ? ਇਹਦਾ ਮਤਲਬ ਸਾਨੂੰ ਸੋਚਣਾ ਪਵੇਗਾ, ਕਿਤੇ ਕੋਈ ਐਸੀ ਗੱਲ ਤੇ ਨਹੀਂ ਕਿ ਅੰਬਰ ਘਨਾ ਛਾਇਆ ਬਰਖ ਭਰੇ ਸਰਤਾਲ ਚਾਤਰਕ ਜਿਉਂ ਤਰਸਤ ਰਹੇ, ਜੇ ਇੰਨੀ ਬਾਰਿਸ਼ ਦੇ ਵਿੱਚ ਵੀ ਕੋਈ ਤ੍ਰਿਖਾਵੰਤ ਹੈ ਜੇ ਪਿਆਸਾ ਹੈ ਤੇ ਉਹਨੂੰ ਸੋਚਣਾ ਪੈ ਗਿਆ ਪਿਆਸਾ ਕਿਉਂ, ਪਿਆਸਾ ਕਿਉਂ? ਗੁਰੂ ਕੋਲ ਤੇ ਅੰਮ੍ਰਿਤ ਮੁੱਕਿਆ ਨਹੀਂ, ਕਿਤੇ ਐਸੀ ਗੱਲ ਤੇ ਨਹੀਂ? ਬਾਬਾ ਕਬੀਰ ਜੀ ਨੇ ਇੱਕ ਹੋਰ ਥਾਵੇਂ ਬੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ ਅਸਮਾਨ ਤੇ ਬੱਦਲ ਮੰਡਲਾ ਹੈ, ਇਸੇ ਨਾਲ ਸੰਬੰਧਿਤ ਗੱਲ ਆਖੀ ਹੋਈ, ਕਹਿਣ ਲੱਗੇ ਅਸਮਾਨ ਤੇ ਬੱਦਲ ਮੰਡਲਾ ਹੈ। ਕਿਸਾਨ ਬੜਾ ਖੁਸ਼ ਹੋਇਆ, ਉਹਨੇ ਆਖਿਆ ਮੇਰੀ ਰੋਜ਼ੀ ਦਾ ਮੇਰੇ ਜੀਵਨ ਦਾ ਸਾਧਨ ਆ ਗਏ, ਬਸ ਬਾਰਿਸ਼ ਪਏਗੀ ਧਰਤੀ ਤੇ ਜਲ ਥਲ ਹੋ ਜਾਏਗਾ, ਮੇਰੇ ਖੇਤ ਦੇ ਕਿਆਰੇ ਭਰੇ ਜਾਣਗੇ, ਲਹਿਲਹਾਂਦੀ ਫਸਲ ਹੋਵੇਗੀ,
ਤੇ ਉਸ ਫਸਲ ਦੇ ਸਹਾਰੇ ਮੈਂ ਆਪਣੇ ਪਰਿਵਾਰ ਨੂੰ ਖਿੜਿਆ ਹੋਇਆ ਦੇਖਾਂਗਾ। ਐਸੀ ਖੁਸ਼ੀ ਦੇ ਮਨ ਦੇ ਖੁਆਬ ਉਹਦੇ ਮਨ ਵਿੱਚ ਪੈਦਾ ਹੋਏ, ਅਸਮਾਨ ਤੇ ਖਲੋਤੇ ਬੱਦਲਾਂ ਨੂੰ ਦੂਰੋਂ ਹੀ ਦੇਖ ਕੇ, ਕੋਹਾਂ ਦੂਰ ਬੈਠਿਆਂ ਨੂੰ ਵੇਖ ਕੇ। ਤੇ ਇਉਂ ਹੋਇਆ ਵੀ, ਜ਼ਰਾ ਸੋਚਿਓ, ਇੱਥੇ ਇੱਕ ਬਾਬਾ ਕਬੀਰ ਜੀ ਨੇ ਦ੍ਰਿਸ਼ਟਾਂਤ ਦਿੱਤਾ ਹੈ, ਤੇ ਉਹ ਦ੍ਰਿਸ਼ਟਾਂਤ ਸਮਝਣ ਵਾਲਾ ਸਾਡੇ ਜੀਵਨ ਨਾਲ ਕੁਛ ਨੇੜੇ ਨੇੜੇ ਟੁੱਕਦਾ ਹੈ। ਕਿਸਾਨ ਖੁਸ਼ ਹੋਇਆ, ਬਾਰਿਸ਼ ਪੈ ਗਈ, ਬੂੰਦਾਬਾਂਦੀ ਸ਼ੁਰੂ ਹੋ ਗਈ। ਕਿਸਾਨ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ, ਪਰ ਦੇਖਦਿਆਂ ਦੇਖਦਿਆਂ ਹੈਰਾਨ ਹੋਇਆ, ਆਸਮਾਨ ਤੋਂ ਚੱਲੀਆਂ ਸਨ ਬੂੰਦਾਂ ਮੇਰੀ ਧਰਤੀ ਦੇ ਫਸਲ ਨੂੰ ਸਿੰਜਣ ਲਈ। ਅਸਮਾਨ ਦੇ ਖਲੋਤੇ ਬੱਦਲਾਂ ਨੇ ਵਰਸ਼ਾ ਕੀਤੀ ਸੀ, ਬੂੰਦਾਂ ਚੱਲੀਆਂ ਸਨ ਮੇਰੀ ਸੁੱਕੀ ਧਰਤੀ ਨੂੰ ਸਿੰਜਣ ਲਈ, ਪਰ ਕਿਹੜੀ ਬਦਕਿਸਮਤੀ, ਚੱਲੀਆਂ ਸਨ ਬੂੰਦਾਂ, ਰਾਹ ਵਿੱਚ ਆਉਂਦਿਆਂ ਆਉਂਦਿਆਂ ਗੜਾ ਬਣ ਗਈਆਂ। ਬਾਬਾ ਕਬੀਰ ਜੀ ਨੇ ਖਿਆਲ ਦਿੱਤੇ ਬੜਾ ਡੀਪਲੀ, ਕਹਿਣ ਲੱਗੇ ਅਸਮਾਨ ਤੋਂ ਪਾਣੀ ਦੀਆਂ ਬੂੰਦਾਂ ਚੱਲੀਆਂ ਸਨ, ਤੇ ਜੇ ਉਸੇ ਤਰ੍ਹਾਂ ਚੱਲੀਆਂ ਹੋਈਆਂ ਪਾਣੀ ਦੀਆਂ ਬੂੰਦਾਂ ਧਰਤੀ ਤੇ ਆ ਜਾਂਦੀਆਂ, ਨਾਲ ਤੇ ਧਰਤੀ ਸਿੰਜ ਦਿੰਦੀਆਂ, ਤੇ ਬਾਕੀ ਬੂੰਦਾਂ ਇਕੱਠੀਆਂ ਹੋ ਕੇ ਇੱਕ ਵਹਿਣ ਬਣ ਜਾਂਦੀਆਂ, ਤੇ ਆਪਣੇ ਸਾਗਰ ਵਿੱਚ ਮੁੜ ਜਾ ਮਿਲਦੀਆਂ, ਕੋਈ ਮੰਜ਼ਿਲ ਮਿਲ ਜਾਂਦੀ ਉਹਨਾਂ ਨੂੰ। ਪਰ ਬਦਕਿਸਮਤੀ ਹੋਇਆ ਕਿ ਆਸਮਾਨ ਤੋਂ ਆਉਂਦੀਆਂ ਆਉਂਦੀਆਂ ਬੂੰਦਾਂ ਰਸਤੇ ਵਿੱਚ ਹੀ ਬਜਾਏ ਬੂੰਦਾਂ ਦੇ ਗੜੇ ਬਣ ਗਈਆਂ। ਗੜੇ ਵੀ ਤਾਂ ਉਹੀ ਕੁਝ ਹੁੰਦਾ, ਬੱਦਲਾਂ ਵਿੱਚੋਂ ਹੀ ਵਸਦੇ। ਕਹਿਣ ਲੱਗੇ ਰਾਹ ਵਿੱਚ ਆਉਂਦੀਆਂ ਹੋ ਗਈਆਂ ਗੜੇ, ਹੁਣ ਉਸੇ ਕਿਸਾਨ ਦੀ ਫਸਲ ਤੇ ਜਦੋਂ ਬੂੰਦਾਂ ਗੜੇ ਬਣ ਕੇ ਪਈਆਂ, ਤਰਾ ਉੱਠਿਆ ਕਿਸਾਨ, ਰਾਹ ਉੱਠਿਆ ਕਿਸਾਨ, ਜਿਸ ਅਸਮਾਨ ਤੋਂ ਵਸਣ ਵਾਲੀਆਂ ਬੂੰਦਾਂ ਲਈ ਉਹ ਤਾਂਘ ਰਿਹਾ ਸੀ, ਤਰਸ ਰਿਹਾ ਸੀ, ਉਡੀਕ ਕਰ ਰਿਹਾ ਸੀ ਕਦੋਂ ਵਸਣ, ਤੇ ਸਮਝਦਾ ਸੀ ਮੇਰਾ ਜੀਵਨ ਹੀ ਨਾ ਬੂੰਦਾਂ ਵਿੱਚ ਹੈ। ਹੁਣ ਇੱਕ ਇੱਕ ਬੂੰਦ ਜਦੋਂ ਗੜਾ ਬਣ ਕੇ ਵਸਦੀ ਹੈ, ਰੋਂਦਾ ਹੈ ਕਿਸਾਨ, ਤੁਰਲਾ ਉੱਠਦਾ ਹੈ ਕਿਸਾਨ, ਤੇ ਆਖਦਾ ਹਾਏ ਬੂੰਦੋ, ਇਸ ਨਾਲੋਂ ਤੇ ਨਾ ਵਸਦੀ ਹੋ ਜੇ, ਵਸਦੀ ਹੋ ਜੇ ਤਾਂ ਬੂੰਦਾਂ ਬਣ ਕੇ ਵਸਦੀ ਹੋ ਜੇ, ਗੜੇ ਬਣ ਕੇ ਨਾ ਵਸਦੀ ਹੋ ਜੇ। ਮੈਂ ਤੁਹਾਡਾ ਰੂਪ ਬੂੰਦਾਂ ਵਾਲਾ ਦੇਖਣ ਲਈ ਚਾਹਵਾਨ ਸਾਂ, ਮੈਂ ਤੁਹਾਡਾ ਸਰੂਪ ਬੂੰਦਾਂ ਦੇ ਰੂਪ ਵਿੱਚ ਤੱਕਣ ਲਈ ਉਡੀਕ ਕਰ ਰਿਹਾ ਸਾਂ, ਤੁਸੀਂ ਮੇਰੇ ਜੀਵਨ ਨੂੰ ਜ਼ਰਖੇਜ਼ ਕਰ ਸਕਦੀਆਂ ਸੋ, ਪ੍ਰਕਾਸ਼ ਬਦਕਿਸਮਤੀ ਨਾਲ ਬੂੰਦਾਂ ਗੜੇ ਨਾ ਬਣ ਜਾਂਦੀਆਂ। ਗੜੇ ਬਣ ਕੇ ਵਸੀਆਂ ਹੋਈਆਂ ਬੂੰਦਾਂ, ਇੱਕ ਤਾਂ ਗੜੇ ਕਦੀ ਆਪਸ ਵਿੱਚ ਮਿਲ ਨਹੀਂ ਪੈਂਦੇ, ਗੜੇ ਕਦੀ ਨਹੀਂ ਮਿਲਦੇ, ਬੂੰਦਾਂ ਦਾ ਕਾਫਲਾ ਬਣਦਾ ਤੇ ਵਹਿਣ ਦਰਿਆ ਦੇ ਵਗ ਪੈਂਦੇ ਨੇ, ਸਾਗਰ ਤੱਕ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ, ਗੜੇ ਕਦੀ ਨਹੀਂ ਵਗੇ। ਗੜਾ ਤਾਂ ਜਿਸ ਪਾਣੀ ਨੂੰ, ਜਿਸ ਧਰਤੀ ਨੂੰ ਸਿੰਜਣਾ ਹੁੰਦਾ, ਉਸ ਧਰਤੀ ਦੀ ਫਸਲ ਨੂੰ, ਆਪਣੀ ਫਸਲ ਨੂੰ ਤਬਾਹ ਕਰ ਦਿੰਦੇ ਹੈ। ਗੜਾ ਤਾਂ ਜਿਸ ਸੰਸਾਰ ਨੂੰ ਜੀਵਨ ਦਿੰਦਾ ਹੈ, ਉਸੇ ਸੰਸਾਰ ਦੇ ਜੇ ਸਰੀਰ ਨਾਲ ਛੋ ਜਾਏ ਤੇ ਖੂਨ ਨੂੰ ਖੂਨ ਕਰ ਦਿੰਦਾ ਹੈ, ਹੈ ਤੇ ਪਾਣੀ ਦੀ ਬੂੰਦ ਹੀ, ਆਖਰ ਗੜਾ ਵੀ ਤੇ ਪਾਣੀ ਦੀ ਬੂੰਦ ਹੈ, ਪਰ ਆਪਣਾ ਸਰੂਪ ਬਦਲ ਬੈਠਾ, ਆਪਣਾ ਸੁਭਾਅ ਬਦਲ ਬੈਠਾ,
ਜਿਸਨੇ ਧਰਤੀ ਨੂੰ ਸਿੰਜਣਾ ਸੀ ਉਸੇ ਫਸਲ ਨੂੰ ਤਬਾਹ ਕਰ ਬੈਠਾ। ਜਿਸ ਬੂੰਦ ਨੇ ਮਿਲ ਕੇ ਦਰਿਆ ਬਣਨਾ ਸੀ ਉਹ ਗੜੇ ਬਣ ਕੇ ਵੱਖ ਵੱਖ ਡਿੱਗ ਪਈ, ਆਪਸ ਵਿੱਚ ਮਿਲ ਨਾ ਸਕੀ, ਗੜੇ ਕਦੀ ਦਰਿਆ ਨਹੀਂ ਬਣੇ। ਹਜ਼ੂਰ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਹੇ ਕਿਸਾਨ, ਜੇ ਤੇਰੀ ਫਸਲ ਤਬਾਹ ਹੋਈ ਹੈ ਇਹਨਾਂ ਪਾਣੀ ਦੀਆਂ ਬੂੰਦਾਂ ਦੇ ਗੜੇ ਬਣਨ ਨਾਲ, ਤਾਂ ਇਹਨਾਂ ਬੂੰਦਾਂ ਨੂੰ ਜਿਹੜੀਆਂ ਗੜੇ ਬਣ ਚੁੱਕੀਆਂ ਨੇ ਇਹਨਾਂ ਨੂੰ ਸਮਝਾ, ਆਖ ਮੇਰੀ ਵੀ ਫਸਲ ਤਬਾਹ ਕਰ ਰਹੇ ਹੋ ਤੇ ਤੁਹਾਡੀ ਮੰਜ਼ਲ ਵੀ ਖੁਸ਼ ਗਈ ਹੈ, ਕਿਉਂਕਿ ਗੜੇ ਤੇ ਕਦੇ ਨਹੀਂ ਨਾ ਵਗਦੇ। ਇਸ ਲਈ ਹੇ ਗੜਿਓ, ਆਓ ਫਿਰ ਬੂੰਦਾਂ ਬਣੋ। ਬਣ ਜਾਣ, ਕੋਮਲ ਹੋ ਜਾਣ ਤੇ ਬੂੰਦਾਂ ਬਣ ਕੇ ਇਕੱਠਾ ਇੱਕ ਵਹਿਣ ਬਣਾ ਲੈਣ, ਕੋਈ ਮੰਜ਼ਿਲ ਮਿਲੇ। ਕਹਿਣ ਲੱਗੇ, ਜਿਸ ਦਿਨ ਤੁਹਾਡੀ ਅਰਦਾਸ ਕਬੂਲ ਹੋਈ ਨਾ ਤੇ ਇਹ ਓਰਾ ਗਰ ਪਾਣੀ ਭਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਕਹਿ, ਓਰਾ ਗਰ ਕਹਿੰਦੇ ਨੇ ਗੜੇ ਨੂੰ, ਕਹਿੰਦੇ ਨੇ ਗੜੇ ਵੀ ਜਿਹੜੇ ਨੇ ਜੇ ਟਿਕ ਜਾਣ ਤੇ ਕਦੀ ਸਮੇਂ ਪੈਣ ਨਾਲ ਗੜੇ ਢਲ ਜਾਂਦੇ ਨੇ, ਸਮਾਂ ਲੈਂਦੇ ਨੇ, ਗੜਿਆਂ ਦੀ ਬਰਫ਼ ਫਿਰ ਖੁਰ ਜਾਂਦੀ ਹੈ। ਕਹਿਣ ਲੱਗੇ, ਭਲਾ ਗੁਰੂ ਰਹਿਮਤ ਕਰੇ, ਗੜੇ ਖੁਰ ਕੇ ਫਿਰ ਪਾਣੀ ਬਣ ਜਾਣ। ਜਿਸ ਦਿਨ ਗੜੇ ਪਾਣੀ ਬਣ ਗਏ ਉਸ ਦਿਨ ਢਲ ਕੇ ਕੂਲ ਬਣ ਜਾਣਗੇ, ਨਦੀ ਬਣ ਜਾਏਗੀ, ਫਿਰ ਮੰਜ਼ਿਲ ਮਿਲੇਗੀ। ਅਜੇ ਗੜੇ ਬਣੇ ਹੋਏ, ਵੱਖ ਵੱਖ ਡਿੱਗੇ ਹੋਏ ਨੇ। ਜਿਸ ਦਿਨ ਇਹ ਵੱਖ ਵੱਖ ਡਿੱਗੇ ਹੋਏ ਗੜੇ, ਜਿਨ੍ਹਾਂ ਦੇ ਕਾਰਨ ਜ਼ਿੰਦਗੀ ਦੀ, ਜੀਵਨ ਦੀ, ਕੌਮ ਦੀ ਫਸਲ ਤਬਾਹ ਹੋ ਰਹੀ ਹੈ, ਜਿਹੜੇ ਵੱਖ ਵੱਖ ਡਿੱਗੇ ਹੋਏ ਨੇ ਗੜੇ ਬਣ ਕੇ, ਜਿਸ ਦਿਨ ਪਾਣੀ ਹੋਏ ਉਸੇ ਦਿਨ ਵੱਗ ਕੇ ਕੂਲ ਬਣ ਜਾਣਗੇ। ਹਜ਼ੂਰ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ, ਓਰਾ ਗਰ ਪਾਣੀ ਭਇਆ ਜਾਏ ਮਿਲਿਓ ਢਲ ਕੂਲ। ਕਹਿਣ ਲੱਗੇ, ਢਲ ਕੇ ਕੂਲ ਬਣ ਗਿਆ। ਕੂਲ ਕਹਿੰਦੇ ਨੇ ਇੱਕ ਨਦੀ ਨੂੰ, ਇੱਕ ਵਹਿਣ ਨੂੰ। ਕਹਿਣ ਲੱਗੇ, ਪਰ ਉਸ ਦਿਨ ਓਰਾ ਗਰ ਕੂਲ ਬਣਦਾ ਹੈ ਜਿਸ ਦਿਨ ਢਲ ਜਾਏ ਤੇ ਬੂੰਦ ਬੂੰਦ ਇਕੱਠੀ ਹੋ ਜਾਏ, ਤੇ ਜੇ ਇਹ ਬੂੰਦ ਬੂੰਦ ਇਕੱਠੀ ਨਾ ਹੋਈ ਤੇ ਗੜੇ ਬਣ ਕੇ ਵਸਦੀ ਰਹੀ। ਤੇ ਹਜ਼ੂਰ ਨੇ ਬਾਣੀ ਵਿੱਚ ਆਖਿਆ, ਮੈਨੂੰ ਇਉਂ ਹੀ ਦਿਸਦਾ ਹੈ ਅਸਮਾਨ ਤੇ ਬੱਦਲ ਵੀ ਹੋਣਗੇ ਤੇ ਕੌਮ ਦੀ ਮਨ ਅੰਦਰ ਤਾਂਗ ਵੀ ਹੋਵੇਗੀ, ਸਾਡੀ ਜੀਵਨ ਦੀ ਧਰਤੀ ਸਿੰਜੀ ਜਾਏ, ਕੋਈ ਫਸਲ ਪੈਦਾ ਹੋਵੇ, ਕੋਈ ਖੇੜਾ ਆਬਾਦੀ ਪੈਦਾ ਹੋਵੇ, ਕੋਈ ਹਰਿਆਵਲ ਪੈਦਾ ਹੋਵੇ, ਪਰ ਇਹ ਗੜੇ ਇਸ ਧਰਤੀ ਨੂੰ ਆਬਾਦ ਨਹੀਂ ਕਰ ਸਕਣਗੇ ਤੇ ਇਹੀ ਹਾਲਤ ਰਹੇਗੀ, ਜਿਵੇਂ ਅੰਬਰ ਘਨਹਰ ਛਾਇਆ ਬਰਖ ਭਰੇ ਸਰਤਾਲ, ਚਾਤਰਕ ਜਿਉਂ ਤਰਸਤ ਰਹੇ ਬਿਨਕੋ ਕੌਣ ਹਵਾਲ। ਸਤਿਗੁਰੂ ਨੇ ਬਾਣੀ ਵਿੱਚ ਇਹੋ ਗੱਲ ਆਖੀ, ਕਹਿਣ ਲੱਗੇ, ਜੇ ਏਤੇ ਜਲ ਬਰਸਦੇ ਤਿੱਖ ਮਰੇ, ਉਹ ਬਬੀਹਾ, ਉਹ ਚਾਤਰਕ, ਮੈਂ ਤੇਰੇ ਜੀਵਨ ਦੀ ਕਹਾਣੀ ਵੱਲ ਦੇਖਣਾ, ਚਾਰ ਚੁਫੇਰੇ ਬਾਰਿਸ਼ ਹੈ ਪਰ ਤੂੰ ਅਜੇ ਵੀ ਤ੍ਰਿਖਾਵੰਤ ਹੈ। ਜੇ ਇੰਨੇ ਜਲ ਵਰਸਦਿਆਂ ਵੀ ਤੂੰ ਤ੍ਰਿਖ ਮਰ ਰਿਹਾ ਹੈ ਤਾਂ ਜ਼ਰੂਰ ਤੂੰ ਆਪਣੇ ਭਾਗਾਂ ਵੱਲ, ਆਪਣੇ ਕਰਮਾਂ ਵੱਲ, ਭਾਵ ਆਪਣੇ ਜੀਵਨ ਦੀ ਤਰਤੀਬ ਵੱਲ ਵੇ। ਕਹਿਣ ਲੱਗੇ, ਏਤੇ ਜਲ ਬਰਸਦੇ ਤਿੱਖ ਮਰੇ, ਏਤੇ ਜਲ ਬਰਸਦੇ ਤਿੱਖ ਮਰੇ, ਭਾਗ
ਸਿਨਾ ਕੇਨਾ ਸਿਨਾ ਕੇਨਾ ਨਾਨਕ ਗੁਰਮੁਖ ਸਿਨਾ ਸੋਝੀ ਬਈ ਕਹਿਣ ਲੱਗੇ ਪਰ ਇਹ ਗੜੇ ਪਾਣੀ ਕਦੋਂ ਬਣਨਗੇ ਜਦੋਂ ਗੁਰੂ ਦੀ ਰਹਿਮਤ ਦੁਆਰਾ ਇਹਨਾਂ ਨੂੰ ਸੋਝੀ ਆਵੇਗੀ, ਅਜੇ ਤਾਂ ਗੁਰੂ ਦੇ ਨੇੜੇ ਨਹੀਂ ਆਉਂਦੇ। ਸਾਜਣੇ ਇਉਂ ਦਿਸਦਾ ਜਿਵੇਂ ਸਾਡੀ ਲੀਡਰਸ਼ਿਪ ਗੁਰੂ ਦੇ ਸਿਧਾਂਤ ਦੇ ਨੇੜੇ ਨਹੀਂ ਆ ਰਹੀ, ਇਸੇ ਲਈ ਗੜੇ ਬਣ ਬਣ ਵੱਖ ਵੱਖ ਡਿੱਗ ਰਹੇ ਨੇ, ਬੂੰਦ ਬਣ ਬਣ ਇਕੱਠੇ ਨਹੀਂ ਹੋ ਰਹੇ। ਅਤੇ ਹਜ਼ੂਰ ਨੇ ਆਪਣੀ ਰਸਨਾ ਤੋਂ ਆਖਿਆ ਕਿ ਲੱਗੇ ਇਹ ਜ਼ਰੂਰੀ ਹੈ ਨਾਨਕ ਗੁਰਮੁਖ ਤਿਨਾ ਸੋਝੀ ਪਈ ਜਿਨ ਵਸਿਆ ਮਨ ਮਾ ਨਾਨਕ ਗੁਰਮੁਖ ਤਿਨਾ ਸੋਝੀ ਪਈ ਜਿਨ ਵਸਿਆ ਨਹੀਂ। ਜੇ ਕੋਈ ਕਮੀ ਹੈ ਤਾਂ ਸਾਡੇ ਆਪਣੇ ਜੀਵਨ ਵਿੱਚ ਹੈ। ਗੁਰੂ ਤਾਂ ਬਖਸ਼ਾਂ ਲੈ ਕੇ ਦਰਵਾਜ਼ੇ ਖੋਲ ਆਵਾਜ਼ਾਂ ਪਿਆ ਦਿੰਦੇ, ਪਰ ਸਾਡੀ ਜ਼ਿੰਦਗੀ ਦਾ ਜੀਵਨ ਦਾ ਰੁਝਾਨ ਹੀ ਐਸਾ ਬਣ ਗਿਆ, ਅਸੀਂ ਬੱਦਲਾਂ ਵਿੱਚੋਂ ਬੂੰਦਾਂ ਬਣ ਕੇ ਤੁਰਨੇ ਹਾਂ, ਰਾਹ ਵਿੱਚ ਗੜੇ ਬਣ ਜਾਂਦੇ ਹਾਂ, ਮੰਜ਼ਲ ਤੋਂ ਪਹਿਲਾਂ ਹੀ ਗੜੇ ਬਣ ਜਾਂਦੇ। ਵਿਸ਼ਵਾਸ ਕਰਿਓ, ਗੜਿਆਂ ਨੇ ਕਦੀ ਸੰਸਾਰ ਦਾ ਕੁਛ ਨਹੀਂ ਸਵਾਰਿਆ। ਗੜੇ ਮਾਰਨ ਨੂੰ ਤਾਂ ਲੋਕ ਬਦਕਿਸਮਤੀ ਆਖਦੇ ਨੇ। ਗੜਿਆਂ ਨੇ ਕਦੀ ਸੰਸਾਰ ਦਾ ਕੁਛ ਨਹੀਂ ਸਵਾਰਿਆ, ਜਿੰਨੀ ਸੰਸਾਰ ਅੰਦਰ ਹਰਿਆਵਲ ਅਤੇ ਖੇੜਾ ਪੈਦਾ ਕੀਤਾ ਉਹ ਸਾਰੀਆਂ ਪਾਣੀ ਦੀਆਂ ਬੂੰਦਾਂ ਨੇ, ਗੜਿਆਂ ਨੇ ਨਹੀਂ। ਇਸ ਲਈ ਜ਼ਰੂਰਤ ਹੈ ਸਾਡਾ ਜੀਵਨ ਗੜੇ ਨਾ ਬਣੇ ਕਿ ਜਿਹਦੇ ਨਾਲ ਛੋਈਏ ਉਹਨੂੰ ਜ਼ਖਮੀ ਕਰ ਦੇਈਏ, ਜਿਸ ਧਰਤੀ 'ਤੇ ਡਿੱਗੀਏ ਫਸਲ ਬਰਬਾਦ ਕਰ ਦੇਈਏ। ਸਾਡਾ ਜੀਵਨ ਪਾਣੀ ਦੀ ਬੂੰਦ ਬਣੇ ਤਾਂ ਕਿ ਮਿਲ ਬੈਠੀਏ, ਇੱਕ ਕੂਲ ਬਣ ਕੇ ਵਗੀਏ, ਜਿਸ ਕੂਲ 'ਤੇ ਫਿਰ ਰਾਹ ਕੋਈ ਹੋੜ ਨਾ ਸਕੇ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।